आम आदमी पार्टी जिला श्री मुक्तसर साहब की मीटिंग हलका प्रधान गुरदीप सिंह काका बराड़ के गृह विखे हुई। इस मौके पर प्रधान जगदेव सिंह बाम, हलका प्रधान जगदीप सिंह, आप महिला विंग की प्रधान बलजिंदर कौर, कौंसलर इंद्रजीत कौर का कहना है कि पिछले दिन आए पंजाब आम आदमी पार्टी के मुखी अरविंद केजरीवाल वालों औरतों नूं लैके तीजी गरंटी दी गई है जिस नाल औरतों नूं लाभ होगा। उन्हां दा कहना है कि इस गरंटी तहत हर औरत दे खाते विच प्रति महीना 1000 रुपए पाए जाणगे जिस नाल उह अपने घरां दा खर्चा चला सकणगियां। उन्हां दा कहना है कि केजरीवाल वालों इस तों पहलां भी दो गरंटियां दित्तियां गईयां हन अते उन्हां दी सरकार आउण ते इन्हां नूं पूरा कीता जाएगा। सत श्री अकाल, पहला सारे साथी तुसीं इत्थे पहुंचो, तुहाडा बहुत बहुत धन्नवाद। ते जो अज असीं इत्थे केजरीवाल साहब पिछले दिनां दे विच तीजी गरंटी करके गए सी महिलावां लई, उस दे संबंध विच अस इकट्ठे होए हैं। मेरे नाल साडे जिला प्रधान महिला विंग दे भैन बलजिंदर कौर जी, नाल साडे हलका इंचार्ज जगदीप सिंह काका बराड़ जी, ते हलका इंचार्ज महिला विंग दे साडे इंद्रजीत कौर जी MC है मौजूदा, साडे जिला प्रधान किसान विंग दे सुरजीत लवाने वाली जी, जगमीत जग्गा जी है, ते साडी समुची टीम इत्थे जिहड़ी खड़ी है मुक्तसर दी। ते असीं अज जो तुहानूं इत्थे बुलाया है ਉਹ ਸਾਡੇ ਡਿਸਟ੍ਰਿਕਟ ਇੰਚਾਰਜ ਜਿਹੜੇ ਹੈਗੇ ਆ ਮਹਿਲਾ ਵਿੰਗ ਦੇ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨਗੇ। ਇਹ ਤੀਜੀ ਗਰੰਟੀ ਜਿਹੜੀ 1000 ਰੁਪਏ ਉਹਨਾਂ ਨੇ ਹਰ ਲੇਡੀ ਦੇ ਅਕਾਊਂਟ ਦੇ ਵਿੱਚ, ਚਾਹੇ ਪਰਿਵਾਰ ਵਿੱਚ ਚਾਹੇ ਬੇਟੀ ਹੈ, ਮਾਂ ਆ, ਧੀ ਹੈ, ਚਾਹੇ ਜਿੰਨੀਆਂ ਵੀ ਲੇਡੀ ਹਨ, ਉਹਨਾਂ ਦੇ ਸਾਰਿਆਂ ਦੇ ਖਾਤੇ 'ਚ 1000 ਰੁਪਇਆ ਪਾਉਣ ਦੀ ਉਹਨਾਂ ਨੇ ਸਾਡੇ ਨਾਲ ਜਿਹੜੀ ਇਹ ਗਰੰਟੀ ਕੀਤੀ ਹੈ। ਇਹ ਭਾਰਤ ਦੇ ਵਿੱਚ ਹੀ ਨਹੀਂ, ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਗਰੰਟੀ ਹੈ। ਸ਼ਾਇਦ ਹੀ ਕਿਤੇ ਹੋਰ ਸਰਕਾਰਾਂ ਨੇ ਅਜਿਹਾ ਕਿਤੇ ਇਸਤਰੀਆਂ ਬਾਰੇ ਸੋਚਿਆ ਹੋਵੇ। ਬਹੁਤ ਵਧੀਆ ਉਪਰਾਲਾ ਹੈ ਸਾਡੇ ਸਰ ਕੇਜਰੀਵਾਲ ਜੀ ਵੱਲੋਂ, ਜਿਹੜਾ ਉਹਨਾਂ ਨੇ ਔਰਤਾਂ ਦੇ ਆਤਮਕ ਜਿਹੜਾ ਪੱਧਰ ਉੱਚਾ ਚੱਕਣ ਲਈ ਕੀਤਾ ਇਹ। ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਅਸੀਂ ਇਕੱਠੇ ਹੋਏ ਹਾਂ ਕਿ ਜੋ ਕਿ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਜੀ ਪੰਜਾਬ ਆਏ ਆ, ਮੋਗੇ ਵਿੱਚ ਉਹਨਾਂ ਨੇ ਮੀਟਿੰਗ ਬੁਲਾਈ ਸੀ ਮਹਿਲਾਵਾਂ ਦੀ। ਸਭ ਔਰਤਾਂ ਨੇ ਬਹੁਤ ਵਧੀਆ ਵੱਧ ਚੜ੍ਹ ਕੇ ਹਿੱਸਾ ਲਿਆ। ਉਹ ਮਹਿਲਾਵਾਂ ਨੂੰ ਤੀਜੀ ਗਰੰਟੀ ਦੇ ਕੇ ਗਏ ਆ ਕਿ ਉਹਨਾਂ ਦੇ ਹਰ ਮਹੀਨੇ ਖਾਤੇ ਵਿੱਚ 1000 ਰੁਪਈਆ ਆਏਗਾ। ਚਾਹੇ ਕੋਈ ਵਿਧਵਾ ਪੈਨਸ਼ਨ ਲੈਂਦਾ, ਚਾਹੇ ਕੋਈ ਮਤਲਬ ਕਿ ਬੁਢਾਪਾ ਪੈਨਸ਼ਨ ਲੈ ਰਿਹਾ, ਉਹਨਾਂ ਨੂੰ ਐਕਸਟਰਾ 1000 ਰੁਪਈਆ ਵੀ ਉਹ ਖਾਤਿਆਂ 'ਚ ਪਾਉਣਗੇ, ਜੋ ਕਿ ਮਹਿਲਾਵਾਂ ਮਤਲਬ ਕਿ ਬਹੁਤ ਉਸ ਦਿਨ ਦੀਆਂ ਬਹੁਤ ਹੀ ਉਤਸ਼ਾਹ ਨਾਲ ਬਹੁਤ ਖੁਸ਼ੀ ਮਹਿਸੂਸ ਕਰਦੀਆਂ ਕਿ ਸਾਡੇ ਵੀ ਚਾਹੇ ਪਰਿਵਾਰ 'ਚ ਦੋ ਲੇਡੀਜ਼ ਆ, ਚਾਹੇ ਬੱਚਾ 18 ਸਾਲ ਤੋਂ ਲੈ ਕੇ ਉੱਪਰ, ਸਭ ਦੇ ਖਾਤਿਆਂ 'ਚ 1000 ਰੁਪਈਆ ਆਵੇਗਾ। ਇਹਦੇ ਨਾਲ ਖੁਸ਼ੀ ਦਾ ਮਾਹੌਲ ਔਰਤਾਂ 'ਚ। ਅਸੀਂ ਧੰਨਵਾਦ ਕਰਦੇ ਕੇਜਰੀਵਾਲ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਹੀ ਵਧੀਆ ਮਹਿਲਾਵਾਂ ਬਾਰੇ ਸੋਚਿਆ, ਜੋ ਕਿ ਉਹਨਾਂ ਨੇ ਪਹਿਲਾਂ ਕਿਹਾ ਕਿ ਸਕੂਲ ਫ੍ਰੀ ਹੋ ਜੂ, ਪੜ੍ਹਾਈ ਫ੍ਰੀ ਹੋ ਜੂ, ਬੱਚਿਆਂ ਦੇ ਸਾਰਾ ਮਤਲਬ ਕਿ ਜੋ ਖਰਚਾ ਪੜ੍ਹਾਈ ਦਾ ਫ੍ਰੀ ਹੋ ਜਾਏਗਾ, ਹਸਪਤਾਲ ਫ੍ਰੀ ਹੋ ਜਾਏਗਾ, ਅਤੇ ਸਾਡਾ ਖਰਚਾ ਬਹੁਤ ਘੱਟ ਜਾਣਾ, ਸਾਨੂੰ ਤਾਂ 1000 ਰੁਪਈਆ ਹੀ ਬਹੁਤ ਲੱਗੇਗਾ, ਜੋ ਕਿ ਅਸੀਂ ਜੋ ਵੀ ਮਤਲਬ ਕਿ ਜੋ ਲੇਡੀਜ਼ ਨੂੰ ਚਾਹੀਦਾ ਜ਼ਰੂਰਤਾਂ ਪੂਰਾ ਕਰਨ ਲਈ, ਉਹਨਾਂ ਨੂੰ ਤਾਂ 1000 ਰੁਪਈਆ ਹੀ ਬਹੁਤ ਹੈ। ਇਹ ਬਹੁਤ ਵਧੀਆ ਕੀਤਾ ਜੀ ਕੇਜਰੀਵਾਲ ਸਾਹਿਬ ਨੇ ਜਿਹੜੀ ਤੀਜੀ ਗਰੰਟੀ ਦਿੱਤੀ ਹੈ। ਮੇਰਾ ਖਿਆਲ ਆ ਹਰੇਕ 18 ਸਾਲ ਤੋਂ ਉੱਪਰ ਘਰ ਦੇ ਵਿੱਚ ਕੋਈ ਵੀ ਲੇਡੀਜ਼ ਹੈ, ਉਹਨਾਂ ਨੂੰ 1000 ਰੁਪਈਆ ਅਨਾਊਂਸ ਕੀਤਾ ਗਿਆ। ਅਤੇ ਮੇਰਾ ਕਮ ਸੇ ਕਮ ਇੱਕ ਪਰਿਵਾਰ ਦੇ ਵਿੱਚ ਦੋ ਲੇਡੀਜ਼ ਤਾਂ ਹੈਗੀਆਂ, ਪਾਉਣ ਦੀ ਨੌਂ ਧੀ ਹੈ ਅਤੇ ਪਾਉਣ ਦੀ ਉਹ ਮਾਂ ਧੀ ਹੈ। ਦੋ ਲੇਡੀਜ਼ ਨੂੰ ਸਮਝ ਲਓ ਵੀ 36000 ਰੁਪਈਆ ਸਾਲ ਦਾ ਮਿਲੂਗਾ। ਆਮ ਘਰ ਵਿੱਚ 36000 ਰੁਪਈਆ ਸਾਲ ਬਾਅਦ ਆਉਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਜੇ 3 ਆ ਤਾਂ ਜ਼ਿਆਦਾ ਹੋ ਜੂਗਾ, ਪਰ 2 ਤਾਂ ਮੈਕਸੀਮਮ ਘਰਾਂ ਦੇ ਵਿੱਚ ਹੈ। ਇਹ ਗਰੰਟੀ ਨਾਲ ਜਿਹੜਾ ਲੇਡੀ ਦਾ ਮਾਨ ਸਨਮਾਨ ਵਧੂਗਾ, ਉਹਨਾਂ ਦੀ ਆਪਦੇ ਅਤੇ ਆਪ 'ਤੇ ਨਿਰਭਰ ਕਰਨਗੀਆਂ ਉਹ। ਕੁਛ ਨਾ ਕੁਛ, ਇਹ ਨਹੀਂ ਕਿ ਸਾਰੀ ਜ਼ਿੰਦਗੀ ਦੇ ਖਰਚੇ ਉਹ ਨਿਕਲ ਗਏ, ਪਰ ਜਿਵੇਂ ਦਿੱਲੀ ਦੇ ਸਰਕਾਰ ਨੇ ਸਕੂਲ ਫ੍ਰੀ ਕੀਤੇ ਹੋਏ ਹੈ, ਦਿੱਲੀ ਦੀ ਸਰਕਾਰ ਨੇ ਹਸਪਤਾਲ ਫ੍ਰੀ ਕੀਤੇ ਹੋਏ, ਉਹਦੇ ਮੁਤਾਬਕ ਜੇ ਸਕੂਲਾਂ ਅਤੇ ਹਸਪਤਾਲਾਂ 'ਤੇ ਬੱਚਿਆਂ ਦਾ ਖਰਚਾ ਨਾ ਹੋਵੇ ਤਾਂ 1000 ਰੁਪਈਆ ਵੀ ਲੇਡੀਜ਼ ਲਈ ਕਾਫੀ ਮਹਿਣਾ ਰੱਖੂਗਾ। ਬਰਾੜ ਸਾਹਿਬ, ਇਹ ਲੱਗਦਾ ਨਹੀਂ ਸੀ ਵੀ 1000 ਰੁਪਈਏ ਦੀ ਥਾਂ 'ਤੇ ਕੋਈ ਨੌਕਰੀਆਂ ਦੇ ਵਸੀਲੇ ਸਿਰਜ ਜਾਂਦੇ, ਲੋਕ ਖੁਦ ਕਮਾ ਸਕਣ, ਰਿਆਇਤਾਂ ਦੀ ਬਜਾਏ ਲੋਕਾਂ ਨੂੰ ਕਮਾਉਣ ਜੋਗੇ ਹੀ ਕੀਤਾ ਜਾਂਦਾ, ਕੋਈ ਇਹੋ ਜਿਹੇ ਐਲਾਨ ਹੁੰਦੇ? ਇਹੋ ਜਿਹੇ ਐਲਾਨ ਵੀ ਕਰਾਂਗੇ ਪੰਜਾਬ ਵਿੱਚ ਸਰਕਾਰ ਆਉਣ 'ਤੇ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਟੈਕਸ ਘਟਾ ਕੇ, ਟੈਕਸ ਦਾ ਸਲੈਬ ਘਟਾ ਕੇ ਅਤੇ ਉਹਦੀਆਂ ਸਹੂਲਤਾਂ ਦਿੱਤੀਆਂ ਗਈਆਂ, ਇਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਅਤੇ ਸਭ ਤੋਂ ਪਹਿਲਾਂ ਜਿਹੜਾ ਤੁਹਾਡੀ ਇਹ ਮੁੱਦਾ ਹੈ
कि नौकरियां दे वसीले पैदा किए जाएंगे, रुजगार दिता जाऊगा, छोटी इंडस्ट्री ला के जिहड़ियां छोटियां छोटियां कमरियां दे विच बन वालियां चीज़ां है उन्हां इंडस्ट्रियां ला के भी आम आदमी पार्टी दे ध्यान दे विच है कि लोगों नूं रुजगार दिता जाऊगा। ना तू फेर झंडा चुक लिया, तू पंजे वाला झंडा चुकी रखिया ते हुण केसरी चुक लिया। मूर्ख सां मैं, कमला हो गया सां, झूठे लारियां विच फस गया सी मैं। कहंदे सी सारे कर्जे माफ कर देंगे, सहूलतां मिलणगियां। मिल गईयां फिर। सवा कर्जा माफ करना ते दूर, नाल दा खेत भी बैंक वाले लै गए। आड़ती दे तरले कर करके मसा एक छोटा खेत बचिया। एदे नालों ता बादल किते चंगे सी। हां ओ गरीबां बारे सोचदा सी, 200 यूनिट बिजली दे फ्री सी, आटा दाल पेंशन सब टाइम सिर मिल जांदा सी। अपनी ज्योति दे विआह दा शगन भी ते झटपट ही मिल गया सी। सेहत बीमा सी, पिंडां दी नुहार बदलन लई खुले ग्रांटां दे गफ्फे, बथेरा कुछ होया है। हुण करिए की? करना की है, ऐतकी ओदी बांह फड़नी है जेड़ा समझे साडे दर्दां नूं।